ਲੋਕ ਸਭਾ ਖਡੂਰ ਸਾਹਿਬ ਤੋਂ ਐਮ ਪੀ ਦਾ ਉਮੀਦਵਾਰ ਬਣਾ ਕੇ ਵੱਡਾ ਮਾਣ ਬਖਸ਼ਿਆ। ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਚੱਲੇ ਹਾਂ। ਪਰਮਾਤਮਾ ਕਿਰਪਾ ਕਰੇ, ਸੱਚੇ ਪਾਤਸ਼ਾਹ ਵੱਡੀ ਲੀਡ ਨਾਲ ਜਿੱਤ ਕੇ ਲੋਕ ਸਭਾ ਦੇ ਵਿੱਚ ਭੇਜਣਗੇ। ਲੋਕ ਸਭਾ 'ਚ ਭੇਜੋ ਸਾਡੇ ਪੰਜਾਬ ਦੇ ਹੱਕ ਹਿੱਤ, ਸਾਡੀ ਲੋਕ ਸਭਾ ਖਡੂਰ ਸਾਹਿਬ ਦੇ ਹੱਕ ਹਿੱਤ, ਉਹ ਤੁਹਾਡੇ ਲੜ ਕੇ ਲਿਆ ਕੇ ਇੱਥੇ ਦੇਵਾਂਗੇ। ਕਿਸੇ ਗੱਲ ਦੀ ਫਿਕਰ ਨਾ ਕਰਿਓ, ਆਪਦੇ ਕਿਸਾਨ ਵੀਰਾਂ ਲਈ ਚੰਗੇ ਪੈਕੇਜ, ਜਿਹੜੇ ਹੜ੍ਹਾਂ ਨਾਲ ਸਾਡੇ ਖੇਤਰ ਨੁਕਸਾਨੇ ਜਾਂਦੇ ਆ, ਉਹਨਾਂ ਲਈ ਕੋਈ ਵਿਸ਼ੇਸ਼ ਪੈਕੇਜ ਲੈ ਕੇ ਆਵਾਂਗੇ। ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਆਪਦੇ ਉਮੀਦਵਾਰਾਂ ਨੂੰ ਕਹਿ ਰਹੀਆਂ, ਪਰ ਉਮੀਦਵਾਰ ਇੱਥੋਂ ਲੜਨ ਤੋਂ ਕੰਨੀ ਕਤਰਾ ਰਹੇ ਆ। ਉਹਨਾਂ ਨੂੰ ਪਤਾ ਕਿਰਕਾ ਖਡੂਰ ਸਾਹਿਬ ਲੋਕ ਸਭਾ ਦੇ ਲੋਕਾਂ ਨੇ ਮਾਣ ਕੇ ਘਰ ਨੂੰ ਭੇਜ ਦੇਣਾ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਹਲਕਾ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਅੱਜ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਵੱਡੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹੁਣ ਵੇਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਥਕ ਸੀਟ ਕਹੀ ਜਾਣ ਵਾਲੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਕਿੰਨੀ ਲੀਡ ਨਾਲ ਵਿਰੋਧੀ ਪਾਰਟੀਆਂ ਨੂੰ ਹਰਾਉਂਦੇ ਹੋਏ ਜਿੱਤ ਪ੍ਰਾਪਤ ਕਰਦੇ ਹਨ। ਯਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਸਰਦਾਰ ਭਗਵੰਤ ਸਿੰਘ ਮਾਨ ਦਾ, ਜਿਨ੍ਹਾਂ ਨੇ ਮੇਰੇ 'ਤੇ ਐਡਾ ਵੱਡਾ ਵਿਸ਼ਵਾਸ ਕੀਤਾ। ਪਹਿਲਾਂ 2022 ਦੇ ਵਿੱਚ ਪੱਟੀ ਹਲਕੇ ਤੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ MLA ਦਾ, ਹੁਣ ਲੋਕ ਸਭਾ ਖਡੂਰ ਸਾਹਿਬ ਤੋਂ MP ਦਾ ਉਮੀਦਵਾਰ ਬਣਾ ਕੇ ਵੱਡਾ ਮਾਣ ਬਖਸ਼ਿਆ। ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਚੱਲੇ ਹਾਂ। ਪਰਮਾਤਮਾ ਕਿਰਪਾ ਕਰੇ, ਸੱਚੇ ਪਾਤਸ਼ਾਹ ਵੱਡੀ ਲੀਡ ਨਾਲ ਜਿੱਤ ਕੇ ਲੋਕ ਸਭਾ ਦੇ ਵਿੱਚ ਭੇਜਣਗੇ। ਤਾਂ ਮੈਂ ਲੋਕ ਸਭਾ ਖਡੂਰ ਸਾਹਿਬ ਦੇ ਹਰੇਕ ਵੋਟਰ ਸਪੋਟਰ ਨੂੰ, ਆਪਦੀਆਂ ਭੈਣਾਂ ਨੂੰ, ਆਪਦੇ ਭਰਾਵਾਂ ਨੂੰ, ਬਜ਼ੁਰਗਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਅੱਗੇ ਆਪਾਂ 75 ਸਾਲ ਰਵਾਇਤੀ ਪਾਰਟੀਆਂ ਦੇ MP ਬਣਾ ਕੇ ਭੇਜਦੇ ਰਹੇ ਹਾਂ, ਜਿਨ੍ਹਾਂ ਨੇ ਸਿਰਫ ਵੋਟਾਂ ਲੈ ਕੇ ਅਤੇ ਮੁੜ ਕੇ ਜਿੱਤ ਕੇ ਆਪਦੇ ਘਰ ਭਰਨ 'ਤੇ ਜ਼ੋਰ ਰੱਖਿਆ। ਇਹ ਤੁਹਾਡੇ ਨਾਲ ਵਾਅਦਾ, ਤੁਸੀਂ ਜਿਤਾ ਕੇ ਲੋਕ ਸਭਾ 'ਚ ਭੇਜੋ ਸਾਡੇ ਪੰਜਾਬ ਦੇ ਹੱਕ ਹਿੱਤ, ਸਾਡੀ ਲੋਕ ਸਭਾ ਖਡੂਰ ਸਾਹਿਬ ਦੇ ਹੱਕ ਹਿੱਤ, ਉਹ ਤੁਹਾਡੇ ਲੜ ਕੇ ਲਿਆ ਕੇ ਇੱਥੇ ਦੇਵਾਂਗੇ। ਕਿਸੇ ਗੱਲ ਦੀ ਫਿਕਰ ਨਾ ਕਰਿਓ, ਆਪਦੇ ਕਿਸਾਨ ਵੀਰਾਂ ਲਈ ਚੰਗੇ ਪੈਕੇਜ, ਜਿਹੜੇ ਹੜ੍ਹਾਂ ਨਾਲ ਸਾਡੇ ਖੇਤਰ ਨੁਕਸਾਨੇ ਜਾਂਦੇ ਆ, ਉਹਨਾਂ ਲਈ ਕੋਈ ਵਿਸ਼ੇਸ਼ ਪੈਕੇਜ ਲੈ ਕੇ ਆਵਾਂਗੇ। ਜਿਹੜੀ ਬਾਰਡਰ ਬੈਲਟ ਆ, ਤਾਰ ਦੇ ਪਾਰਲੀ ਜ਼ਮੀਨ ਆ, ਜਿੱਥੇ ਸਾਡੇ ਕਿਸਾਨ ਬਿਲਕੁਲ ਘੱਟ ਜਾ ਸਕਦੇ ਆ, ਉਹਦੇ ਲਈ ਵੀ ਕੋਈ ਵੱਡਾ ਪੈਕੇਜ ਲੈ ਕੇ ਆਵਾਂਗੇ, ਤਾਂ ਜੋ ਸਾਡੀ ਲੋਕ ਸਭਾ ਖਡੂਰ ਸਾਹਿਬ ਆ, ਇਹ ਇੰਡਸਟਰੀ ਪੱਖੋਂ ਵੀ ਪਛੜੀ ਆ, ਇਹ ਕਿਸਾਨੀ ਪੱਖੋਂ ਵੀ ਵੱਡਾ ਨੁਕਸਾਨ ਹੁੰਦਾ ਜਦੋਂ ਹੜ੍ਹ ਆਉਂਦੇ ਆ, ਜਾਂ ਬਾਰਡਰ ਬੈਲਟ ਕਰਕੇ ਤਾਰੋਂ ਪਾਰਲੀ ਜ਼ਮੀਨ ਕਰਕੇ ਸਾਰੀਆਂ ਜਿਹੜੀਆਂ ਮੁਸ਼ਕਲਾਂ, ਉਹਨਾਂ ਦਾ ਉੱਥੇ ਜਾ ਕੇ ਮੁੱਦਾ ਉਠਾਵਾਂਗੇ ਅਤੇ ਹੱਲ ਕਰਾ ਕੇ ਕਿਸਾਨਾਂ ਦੀ ਬਾਂਹ ਬਣਾਂਗੇ। ਅਤੇ ਮੈਂ ਖੁਦ ਕਿਸਾਨ ਆ, ਮੈਨੂੰ ਪਤਾ ਕਿਸਾਨੀ ਦੀ ਕੀ ਦਰਦ ਆ, ਕੀ ਪੀੜਾ, ਕਿਉਂਕਿ ਜਿਹੜਾ ਖੁਦ ਖੇਤੀ ਕਰਦਾ ਵੀ ਉਹਨੂੰ ਪਤਾ ਹੁੰਦਾ ਕੀ ਲਾਗਤ ਆਉਂਦੀ ਆ ਅਤੇ ਕੀ ਬੱਚਤ ਆਉਂਦੀ ਆ। ਮੈਨੂੰ ਪਹਿਲਾਂ ਹੀ ਪਤਾ ਵੀ ਕਿਸਾਨ ਜਿਹੜਾ ਆੜ੍ਹਤੀਏ ਤੋਂ ਆਪਦੇ ਪੈਸੇ ਚੁੱਕ ਕੇ ਆਪਦੀ ਪੁੱਤਾਂਗ ਫਸਲ ਪਾਲਦਾ, ਉਹਦਾ ਬਸ ਖਰਚਾ ਵਰਚਾ ਹੀ ਪੂਰਾ ਹੁੰਦਾ, ਹੋਰ ਆਪਾਂ ਨੂੰ ਪਤਾ ਹੀ ਆ ਕਿ ਕੀ ਮੁਸ਼ਕਲਾਂ ਨੇ ਕਿਸਾਨੀ ਕਿੱਤੇ ਦੀਆਂ, ਸਾਰੇ ਮਸਲੇ ਹੱਲ ਕਰ। ਦੇਖੋ ਇਹ ਜਿਹੜਾ ਕੰਮ ਹੋਇਆ, ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੂੰ ਫੜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੰਦਰ ਦਿੱਤਾ ਹੋਵੇ ਬਿਨਾਂ ਕਸੂਰ ਤੋਂ। ਜਿਹੜਾ ਇਹ ਕੰਮ ਕੀਤਾ, ਇਹਦੇ ਨਾਲ ਕੇਜਰੀਵਾਲ ਸਾਹਿਬ ਦਾ ਕੱਦ ਹੋਰ ਉੱਚਾ ਹੋਇਆ।
ਪੂਰੇ ਭਾਰਤ ਦੇ ਨਹੀਂ ਪੂਰੀ ਦੁਨੀਆਂ ਦੇ ਲੋਕ ਕੇਜਰੀਵਾਲ ਸਾਹਿਬ ਦੇ ਨਾਲ ਚਟਾਣਾ ਖੜ੍ਹੇ ਨੇ। ਆ ਤੁਸੀਂ ਵੇਖਿਓ ਕੁਝ ਦਿਨਾਂ ਨੂੰ ਵੋਟਾਂ ਸ਼ੁਰੂ ਹੋ ਜਾਣੀਆਂ, ਪੋਲਿੰਗ ਸ਼ੁਰੂ ਹੋਣੀ ਭਾਰਤ ਦੇ ਵਿੱਚ, ਲੋਕ ਅਰਵਿੰਦ ਕੇਜਰੀਵਾਲ ਨਾਲ ਖੜ੍ਹਨ ਦਾ ਸਬੂਤ ਵੋਟਾਂ ਪਾ ਕੇ ਦੇਣਗੇ। ਲੋਕ ਵੀ ਥਾਂ ਥਾਂ ਮੁਜ਼ਾਹਰੇ ਕਰ ਰਹੇ ਆ, ਪੂਰੇ ਭਾਰਤ 'ਚ ਹਰ ਸਟੇਟ 'ਚ ਮੁਜ਼ਾਹਰੇ ਹੋਏ, ਬਾਹਰ ਵਿਦੇਸ਼ਾਂ ਦੇ ਵਿੱਚ, ਜਿਨ੍ਹਾਂ ਲੋਕਾਂ ਦੀਆਂ ਸਰਕਾਰਾਂ ਜਿਹੜੇ ਸੱਤਾ ਧਿਰ ਦੇ ਵਿੱਚ, ਪ੍ਰਧਾਨ ਮੰਤਰੀ, ਮਿਨਿਸਟਰ, ਰਾਸ਼ਟਰਪਤੀ, ਉਹ ਸਾਰੇ ਮੁੱਖ ਮੰਤਰੀ, ਉਹਨਾਂ ਸਾਰਿਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਕਿ ਅਰਵਿੰਦ ਕੇਜਰੀਵਾਲ ਨਾਲ ਨਰਿੰਦਰ ਮੋਦੀ ਨੇ ਧੱਕਾ ਕੀਤਾ। ਇਵੇਂ ਦਾ ਧੱਕਾ ਨਹੀਂ ਕਰਨਾ ਚਾਹੀਦਾ। ਜੇ ਕੋਈ ਗੱਲ ਹੀ ਤਾਂ ਇਲੈਕਸ਼ਨ ਤੋਂ ਬਾਅਦ ਪੁੱਛ ਦੱਸ ਕਰਕੇ ਉਹ ਗੱਲ ਹੱਲ ਕਰ ਲੈਂਦੇ, ਨਾ ਕੋਈ ਕਸੂਰ, ਨਾ ਕੋਈ ਗੱਲ, ਨਾ ਕੋਈ ਬਾਤ ਫੜ ਕੇ ਬਿਨਾਂ ਮਤਲਬ ਤੋਂ ਏਡੇ ਵੱਡੇ ਕੱਦ ਦੇ ਲੀਡਰ ਨੂੰ ਅੰਦਰ ਦੇ ਦੇਣਾ। ਇਹਦਾ ਮਤਲਬ ਨਰਿੰਦਰ ਮੋਦੀ ਡਰਦਾ ਆ ਅਤੇ ਡਰਦਾ ਅਰਵਿੰਦ ਕੇਜਰੀਵਾਲ ਤੋਂ, ਅਤੇ ਇਹ ਡਰ ਲੋਕਾਂ ਨੇ ਜਿਹੜਾ ਵਾਕਈ ਬਣਾ ਦੇਣਾ ਵਾ, ਲੋਕਾਂ ਨੇ ਕੇਜਰੀਵਾਲ ਦੇ ਹੱਕ 'ਚ, ਆਮ ਆਦਮੀ ਪਾਰਟੀ ਦੇ ਹੱਕ 'ਚ ਅਤੇ ਇੰਡੀਆ ਅਲਾਇੰਸ ਦੇ ਉਮੀਦਵਾਰਾਂ ਦੇ ਹੱਕ 'ਚ ਭੁਗਤ ਜਾਣਾ ਲੋਕ। ਭੁੱਲਰ ਸਾਹਿਬ, ਇੱਕ ਵਿਰੋਧੀਆਂ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਜਾ ਰਹੀ ਹੈ ਕਿ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਮੰਡੀਆਂ ਜਿਹੜੀਆਂ ਨੇ ਅਡਾਨੀ ਨੂੰ ਵੇਚੀਆਂ ਜਾ ਰਹੀਆਂ ਨੇ। ਬਿਲਕੁਲ, ਉਹ ਗਲਤ ਗੱਲ ਆ, ਇਹ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜੀਆਂ ਮੰਡੀਆਂ ਵਾ ਉਹ ਸਾਡੀਆਂ ਸਰਕਾਰ ਦੀਆਂ ਰਹਿਣਗੀਆਂ, ਅਡਾਨੀ ਮਾਨੀ ਨਹੀਂ ਇੱਥੇ ਆਉਣਗੇ, ਇੱਥੇ ਸਰਕਾਰ ਦੀਆਂ ਮੰਡੀਆਂ ਤੇ MSP ਜਿਹੜੀ ਸਰਪੰਚਕ ਸੀਟ ਦੂਰ ਸਾਹਿਬ ਵੱਲੋਂ ਜਿਹੜੀ ਕਹੀ ਜਾਂਦੀ ਹੈ, ਇਹਦੇ ਵਿੱਚ ਅਕਾਲੀ ਔਰ ਕਾਂਗਰਸ ਸਰਕਾਰ ਦੇ ਸਾਹਮਣੇ ਧਾਕੜ ਲੀਡਰ ਕਹੇ ਜਾਣ ਵਾਲੇ ਲੀਡਰ ਨੂੰ ਅੱਜ ਤੱਕ ਟਿਕਟ ਦਾ ਐਲਾਨ ਨਹੀਂ ਕੀਤਾ, ਉਹਨੀ ਦੇਰੀ ਕਿਉਂ ਹੋ ਰਹੀ ਹੈ? ਦੇਖੋ, ਕੋਈ ਵੀ ਪਾਰਟੀ ਜਿਹੜੀ ਆ ਉਹ ਆਪਦੇ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟ ਦਿੰਦੀ ਆ, ਤੇ ਆਮ ਆਦਮੀ ਪਾਰਟੀ ਨੇ ਦਾਸ ਤੇ ਵਿਸ਼ਵਾਸ ਕੀਤਾ, ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਆਪਦੇ ਉਮੀਦਵਾਰਾਂ ਨੂੰ ਕਹਿ ਰਹੀਆਂ, ਪਰ ਉਮੀਦਵਾਰ ਇੱਥੋਂ ਲੜਨ ਤੋਂ ਕੰਨੀ ਕਤਰਾ ਰਹੇ ਆ। ਉਹਨਾਂ ਨੂੰ ਪਤਾ ਕਿ ਐਰਕਾ ਖਡੂਰ ਸਾਹਿਬ ਲੋਕ ਸਭਾ ਦੇ ਲੋਕਾਂ ਨੇ ਮਾਨ ਕੇ ਘਰ ਨੂੰ ਭੇਜ ਦੇਣਾ, ਰਵਾਇਤੀਆਂ ਨੂੰ, ਲੋਕ ਵੱਡੀ ਲੀਡ ਨਾਲ ਆਪਦੇ ਭਰਾ ਨੂੰ ਜਿਤਾਉਣਗੇ। ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦੇ ਹੱਕ ਦੇ ਵਿੱਚ ਅੱਜ ਇੱਥੇ ਰਣਜੀਤ ਫਾਰਮ ਦੇ ਵਿੱਚ ਜਨ ਸਭਾ ਰੱਖੀ ਗਈ ਆ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਵਿਧਾਨ ਸਭਾ ਹਲਕੇ ਤਰਨ ਤਾਰਨ ਤੋਂ ਸ਼ਾਮਿਲ ਹੋਏ ਨੇ ਵਲੰਟੀਅਰ। ਸੋ ਬਹੁਤ ਚੰਗਾ ਹੰਗਾਰਾ ਮਿਲਿਆ ਵਾ, ਜਿਹੜੇ ਵਲੰਟੀਅਰ ਹਾਜ਼ਰ ਹੋਏ ਨੇ ਸਾਰਿਆਂ ਨੇ ਬੜਾ ਜੋਰ ਸ਼ੋਰ ਦੇ ਨਾਲ ਵਿਸ਼ਵਾਸ ਦਵਾਇਆ ਕਿ ਉਹ ਬੜੀ ਵੱਡੀ ਲੀਡ ਦੇ ਨਾਲ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਹਲਕੇ 'ਚੋਂ ਜਿਤਾ ਕੇ ਅਤੇ ਲੋਕ ਸਭਾ ਦੇ ਵਿੱਚ ਭੇਜਣਗੇ। ਕਿਉਂਕਿ ਜਿਹੜਾ ਤਰਨ ਤਾਰਨ ਹਲਕਾ ਵਾ ਇਹਦੇ ਵਿੱਚ ਪਹਿਲਾਂ ਵੀ ਵਲੰਟੀਅਰ ਜਿਹੜੇ ਦਿਨ ਰਾਤ ਬਹੁਤ ਮਿਹਨਤ ਕਰ ਰਹੇ ਨੇ, ਸੋ ਮੈਨੂੰ ਉਹਨਾਂ ਨੇ ਲਗਭਗ 2022 ਦੇ ਵਿੱਚ 15,000 ਦੀ ਲੀਡ ਦੇ ਨਾਲ ਜਿਤਾਇਆ ਸੀ। ਸੋ ਵਲੰਟੀਅਰ ਨੇ ਐਤਕੀ ਵਿਸ਼ਵਾਸ ਦਵਾਇਆ ਵਾ ਕਿ ਘੱਟੋ ਘੱਟ ਇਹ ਜਿਹੜੀ ਆ ਲੀਡ ਆ ਇਹਨੂੰ ਦੂਣਾ ਕੀਤਾ ਜਾਵੇਗਾ, ਬਲਕਿ ਇਦੋਂ ਵੀ ਵੱਧ ਕੀਤਾ ਜਾਵੇਗਾ। ਸੋ ਮੈਨੂੰ ਆਪਣੇ ਵਲੰਟੀਅਰਾਂ 'ਤੇ ਮਾਣ ਆ ਅਤੇ ਵਲੰਟੀਅਰ ਜਿਹੜੇ ਉਹ ਦਿਨ ਰਾਤ ਕੰਮ ਕਰ ਰਹੇ ਨੇ। ਸੋ ਜਨ ਸਭਾਵਾਂ ਹੋ ਰਹੀਆਂ ਨੇ, ਘਰੋ ਘਰੀ ਜਾ ਰਹੇ ਨੇ, ਸੋ ਹਲਕੇ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਵਾ। ਸੋ ਬਹੁਤ ਵੱਡੀ ਲੀਡ ਦੇ ਨਾਲ ਹਲਕੇ ਦੇ ਵਿੱਚੋਂ ਲਾਲਜੀਤ ਸਿੰਘ ਭੁੱਲਰ ਜਿੱਤ ਕੇ ਲੋਕ ਸਭਾ ਦੇ ਵਿੱਚ ਆਏ। ਸੋ ਸਾਹਿਬ, ਲੋਕ ਸਭਾ ਦੀਆਂ ਚੋਣਾਂ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਜਾਰੀ ਹੋ ਰਿਹਾ, ਪਰ ਰਾਘਵ ਚੱਡਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਉਹਦੇ ਵਿੱਚ ਪਤਾ ਨਹੀਂ ਜੀ, ਇਹ ਤਾਂ ਮੈਨੂੰ ਹਾਈ ਕਮਾਂਡ ਨੂੰ ਪਤਾ ਹੋਏਗਾ, ਕਿਉਂਕਿ ਸਾਨੂੰ ਪੰਜਾਬ ਬਾਰੇ ਪਤਾ ਵਾ, ਨੈਸ਼ਨਲ ਹਾਈ ਕਮਾਂਡ ਕੀ ਚੱਲ ਰਿਹਾ ਕੀ ਨਹੀਂ ਉਹਦੇ ਬਾਰੇ ਨਹੀਂ ਬਹੁਤਾ ਅਸੀਂ ਕਹਿ ਸਕਦੇ। ਪੰਜਾਬ ਦੇ ਵਿੱਚ ਜਿਹੜਾ ਵਾ ਉਹ ਬਿਲਕੁਲ ਪ੍ਰਚਾਰ ਜਿਹੜਾ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਅਗਵਾਈ ਦੇ ਵਿੱਚ ਜਾਰੀ ਆ, ਅਤੇ 13 ਦੀਆਂ 13 ਸੀਟਾਂ ਪੰਜਾਬ ਦੇ ਵਿੱਚੋਂ ਉਹ ਆਮ ਆਦਮੀ ਪਾਰਟੀ ਜਿੱਤੂ। ਵੇਖੋ ਜੀ, ਰਿੰਕੂ ਜੀ ਪਹਿਲਾਂ ਜਿਹੜਾ ਸੀ ਜਲੰਧਰ ਦੱਖਣੀ ਤੋਂ ਸ਼ੀਤਲ ਉਰਾਲ ਕੋਲੋਂ ਜਿਹੜੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ, ਉਹਦੇ ਕੋਹਾਰੇ ਉਦੋਂ ਕਾਂਗਰਸ। ਸੋ ਬਾਅਦ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਉਹਦੇ 'ਤੇ ਜਿਹੜਾ ਅਹਿਸਾਨ ਕੀਤਾ ਸੀ ਕਿ ਉਹਨੂੰ ਲੋਕ ਸਭਾ ਕੈਂਡੀਡੇਟ ਬਣਾ ਕੇ, ਅਤੇ ਬੜੀ ਵਰਕਰਾਂ ਨੇ ਮਿਹਨਤ ਕੀਤੀ ਅਤੇ ਉਹਨੂੰ ਜਿਤਾਇਆ।
ਸੋ ਇੱਕ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਆ ਉਹਦੇ ਵੱਲੋਂ ਇੱਕ ਬਹੁਤ ਵੱਡੀ ਗਦਾਰੀ ਆ। ਸੋ ਅਜਿਹੇ ਗਦਾਰ ਆ ਜਿਹੜੇ ਇਹ ਲੋਕ ਇਹਨਾਂ ਨੂੰ ਦੇਖਣਗੇ। ਸੋ ਆਉਣ ਵਾਲੀਆਂ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਲੋਕ ਰਮਨ ਚਾਵਲਾ ਜਗਮਨੀ ਟੀਵੀ ਤਰਨ ਤਾਰਨ।